Shamaban. ਰੇਡੀਓ ਪੰਜਾਬ ਟੂਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਕੰਨੀਓ ਯਾਨੀ ਕਿ ਸਵਰਨ ਸਿੰਘ ਦਾਨੇ ਵਾਲੀ ਕੰਨੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਖੁਸ਼ਾਮਦੀ ਜੀ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗੱਲ ਕਰਦੇ ਜੀ ਦਿਆਲ ਸਿੰਘ ਕੋਲਿਆਂ ਵਾਲੀ ਦੀ ਢਿੱਲੋਂ ਸਾਹਿਬ ਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਚੰਗੀ ਟੂਟੀ ਮਰੋੜੀ ਆ ਕੇ ਅਤੇ ਕਹਿੰਦੇ ਵੀ ਦਿਆਲ ਸਿੰਘ ਦਾ ਜਿਹੜਾ ਚਹੇਤਾ ਬੈਂਕ ਮੈਨੇਜਰ ਸੀਗਾ ਜਿਹੜਾ ਉਹਦੇ ਉੱਤੇ ਕਾਰਵਾਈ ਨਹੀਂ ਕਰਦਾ ਸੀ ਉਹਦੇ ਪੈਸੇ ਨਹੀਂ ਸੀ ਭਰਾਉਂਦਾ ਉਹਨੂੰ ਮੁਅੱਤਲ ਕਰ ਦਿੱਤਾ ਦਾਨੇੜੀਆ ਸਾਹਿਬ ਜੇ ਆਪਾਂ ਦਿਆਲ ਸਿੰਘ ਕੋਲਿਆਂ ਵਾਲੀ ਦੀ ਗੱਲ ਕਰੀਏ ਤਾਂ ਦਿਆਲ ਸਿੰਘ ਕੋਲਿਆਂ ਵਾਲੀ ਕੰਨੀ ਜਿਹੜਾ ਹੁਣ ਤਾਜ਼ਾ ਅੰਕੜੇ ਆਏ ਹੈ ਜੀ ਕਹਿੰਦੇ ਜੀ 1 ਕਰੋੜ ਰੁਪਏ ਤੋਂ ਉੱਪਰ ਦਾ ਬਕਾਇਆ ਪਿਆ ਹੈ ਕੋਆਪਰੇਟਿਵ ਬੈਂਕ ਦਾ ਕੋਆਪਰੇਟਿਵ ਬੈਂਕ ਜਾਂ ਜਿਹੜੀ ਕੀ ਕਹਿੰਦੇ ਆਪਾਂ ਨੂੰ ਪ੍ਰਾਇਮਰੀ ਖੇਤੀਬਾੜੀ ਬੈਂਕ ਵਿਕਾਸ ਮਾਰਗੇਜ ਬੈਂਕ ਪੁਰਾਣਾ ਮਾਰਗੇਜ ਬੈਂਕ ਕਹਿ ਦਿੰਦੇ ਹੁਣ ਖੇਤੀਬਾੜੀ ਵਿਕਾਸ ਬੈਂਕ ਕਹਿ ਦਿੰਦੇ ਹਾਂਜੀ ਮਾਰਗੇਜ ਬੈਂਕ ਦਾ ਪੈਸਾ ਉਹਨਾਂ ਵੱਲ ਪਿਆ ਔਰ ਇਹ ਪੈਸਾ ਅਗਰਾਉਣਾ ਕਿਹਨੇ ਹੁੰਦਾ ਅਗਰਾਉਣਾ ਕਰਮਚਾਰੀਆਂ ਨੇ ਜੀ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਭਟੋਰੇ ਨੂੰ ਪਹਿਲਾਂ ਆਪਾਂ ਪੁਲਿਸ ਵਾਲਿਆਂ ਦੀ ਗੱਲ ਕਰਕੇ ਹਟੇ ਹਾਂ ਹੁਣ ਹਾਲਤ ਕੀ ਹੈ ਜੀ ਕਿ ਕੋਆਪਰੇਟਿਵ ਬੈਂਕ ਹੈ ਚਾਹੇ ਲੈਂਡਮਾਰਗਜ਼ ਬੈਂਕ ਹੈ ਇਹਨਾਂ ਬੈਂਕਾਂ ਦੀਆਂ ਜਿਹੜੀਆਂ ਹੈਗੀਆਂ ਡਿਸਟ੍ਰਿਕਟ ਲੈਵਲ ਦੇ ਉੱਤੇ ਬੋਰਡ ਹੁੰਦੀ ਜੀ ਡਿਸਟ੍ਰਿਕਟ ਲੈਵਲ ਦੇ ਉੱਤੇ ਇੱਕ ਪ੍ਰਬੰਧਕੀ ਕਮੇਟੀਆਂ ਹੁੰਦੀਆਂ ਉਹ ਪ੍ਰਬੰਧਕੀ ਕਮੇਟੀਆਂ ਉਸੇ ਪਾਰਟੀ ਦੀਆਂ ਹੀ ਬਣਦੀਆਂ ਜਿਸ ਪਾਰਟੀ ਦੀ ਹਕੂਮਤ ਜਦੋਂ ਹਕੂਮਤ ਬਣਦੀ ਹੈ ਨਾਲ ਦੀ ਨਾਲ ਹੀ ਉਹਨਾਂ ਅਦਾਰਿਆਂ 'ਚ ਆਪਣੇ ਬੰਦੇ ਭਰਤੀ ਕਰ ਲੈਂਦੇ ਜਿਹੜੇ ਪ੍ਰਬੰਧਕ ਹੁੰਦੇ ਹੈ ਅਤੇ ਪ੍ਰਬੰਧਕਾਂ ਦੇ ਥੱਲੇ ਫਿਰ ਮੁਲਾਜ਼ਮ ਹੁੰਦੇ ਹੈ ਜਿਵੇਂ ਉੱਪਰੋਂ ਹੁਕਮ ਹੋ ਜਾਂਦਾ ਹੈ ਮੁਲਾਜ਼ਮਾਂ ਨੂੰ ਉਹਦੇ ਮੁਤਾਬਕ ਫਿਰ ਉਹ ਪੈਸਾ ਦੇਣਾ ਪੈਂਦਾ ਕਿਉਂਕਿ ਜਿਹੜੀ ਲੋਨ ਸੈਂਕਸ਼ਨ ਹੈ ਉਹ ਤਾਂ ਉਹਨਾਂ ਕਮੇਟੀਆਂ ਨੇ ਕਰਨੀ ਹੁੰਦੀ ਹੈ ਪੈਸਾ ਮੁੜੂਗਾ ਜਾਂ ਨਹੀਂ ਮੁੜੂਗਾ ਇਹਨੂੰ ਤਾਂ ਧਿਆਨ 'ਚ ਨਹੀਂ ਰੱਖਿਆ ਜਾਂਦਾ ਸਰਕਾਰਾਂ ਬਦਲ ਜਾਂਦੀਆਂ ਫਿਰ ਇਹ ਆ ਜਾਂਦਾ ਜੀ ਇਹ ਪੈਸਾ ਉਗਰਾਹੂ ਜੀ ਹੁਣ ਉੱਪਰੋਂ ਤਾਂ ਹੁਕਮ ਹੋ ਗਿਆ ਪੈਸਾ ਉਗਰਾਹੂ ਜਿਹੜੀਆਂ ਸਥਾਨਕ ਕਮੇਟੀਆਂ ਉਹ ਉਸ ਪਾਰਟੀ ਦੀਆਂ ਜਿਹਨਾਂ ਲੋਕਾਂ ਤੋਂ ਉਗਰਾਉਣਾ ਉੱਥੇ ਫਿਰ ਮੁਲਾਜ਼ਮਾਂ ਦੀ ਹਾਲਤ ਬੜੀ ਟੇਢੀ ਹੋ ਜਾਂਦੀ ਹੈ ਰਹੀ ਗੱਲ ਇਹ ਜਦੋਂ ਮੁਲਾਜ਼ਮਾਂ ਦੇ ਵਿੱਚ ਇਹ ਪ੍ਰਭਾਵ ਚਲਾ ਜਾਵੇ ਜੀ ਕਿ ਜੀ ਸਰਕਾਰ ਭਾਵੇਂ ਕਿਸੇ ਦੀ ਹੋਵੇ ਇਹਨਾਂ ਲੋਕਾਂ ਦੀ ਤਾਂ ਚੱਲਦੀ ਹੀ ਰਹਿਣੀ ਹੈ ਇਹਨੂੰ ਕਿਹਨੇ ਪੁੱਛਣਾ ਹੁਣ ਸਰਦਾਰ ਦਿਆਲ ਸਿੰਘ ਕੋਲਿਆਂ ਵਾਲੀ ਜਦੋਂ ਚੱਲਦੇ ਹੈ ਜੀ ਤੁਸੀਂ ਉਹਨਾਂ ਦਾ ਯਬਕਾ ਦੇਖਿਆ ਕਰੋ ਗੱਡੀਆਂ ਉਹਨਾਂ ਦੇ ਨਾਲ ਹੈ ਪੁਲਿਸ ਵਾਲੇ ਗੱਡੀਆਂ ਦੇ ਵਿੱਚ ਉਹਨਾਂ ਦੇ ਨਾਲ ਹੁੰਦੇ ਇਹਨਾਂ ਦੇ ਨਾਲ ਗਨਮੈਨ ਲੱਗੇ ਹੋਏ ਹੈ ਜਦੋਂ ਗਨਮੈਨ ਦਿੱਤੇ ਹੋਏ ਹੈ ਤੁਸੀਂ ਸਰਕਾਰ ਨੇ ਗਨਮੈਨ ਦਿੱਤੇ ਹੋਏ ਹੈ ਜੀ ਜਿਹੜੇ ਬੰਦੇ ਦੇ ਖਿਲਾਫ ਹਰ ਕਿਸਮ ਦੇ ਅਪਰਾਧਾਂ ਦੇ ਦੋਸ਼ ਲੱਗੇ ਹੋਣ ਜੀ ਜਿਸ ਬੰਦੇ ਦੇ ਖਿਲਾਫ ਨੌਕਰੀ ਘੁਟਾਲੇ ਦੇ ਰਾਹੀਂ ਕਰੋੜਾਂ ਰੁਪਈਆ ਬਣਾਉਣ ਦੇ ਇਲਜ਼ਾਮ ਹੋਣ ਅਤੇ ਉਹਨੂੰ ਇੱਕ ਵੀ ਦਿਨ ਵੀ ਵਿਜੀਲੈਂਸ ਵਾਲਿਆਂ ਨੇ ਬੁਲਾ ਕੇ ਪੁੱਛਿਆ ਨਾ ਹੋਵੇ ਕਿ ਸਰਦਾਰ ਸਾਹਿਬ ਤੁਹਾਡੇ ਖਿਲਾਫ ਇਹ ਇਲਜ਼ਾਮ ਹੈ ਖਾਸ ਕਰ ਉਹਨਾਂ ਹਾਲਾਤਾਂ 'ਚ ਜੀ ਜਦੋਂ ਬਣਨ ਵਾਲੇ ਮੁੱਖ ਮੰਤਰੀ ਨੇ ਚੋਣਾਂ ਤੋਂ ਪਹਿਲਾਂ ਲੰਬੀ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਕੀਤੀ ਹੋਵੇ ਅਤੇ ਉਸ ਰੈਲੀ ਦੇ ਵਿੱਚ ਇਹ ਦਾਅਵਾ ਕੀਤਾ ਹੋਵੇ ਲੋਕਾਂ ਦੇ ਨਾਲ ਕਿ ਸਰਕਾਰ ਬਣ ਲੈਣ ਦਿਓ ਜੀ ਦਿਆਲ ਸਿੰਘ ਕੋਲਿਆਂ ਵਾਲੇ ਤਾਂ ਕੀ ਇਹਦੇ ਰਾਹੀਂ ਇਹਦੇ ਮਾਲਕਾਂ ਤੱਕ ਵੀ ਪੁੱਜਾਂਗੇ ਉਹ ਉਵੇਂ ਤੁਰੇ ਉਹ ਉਵੇਂ ਜਿਵੇਂ ਤੁਰੇ ਫਿਰਦੇ ਅਤੇ ਫਿਰ ਜਿਹੜੇ ਸਥਾਨਕ ਵਿਚਾਰੇ ਕਰਮਚਾਰੀ ਹੈ ਉਹਨਾਂ ਦੀ ਫਿਰ ਪਹੁੰਚ ਕੀ ਹੈ ਹੁਣ ਇਹ ਕਹਿੰਦੇ ਚਲੋ ਠੀਕ ਹੈ ਹਕੂਮਤ ਬਦਲ ਗਈ ਨਹੀਂ ਬਦਲ ਗਈ ਜੇ ਬਦਲਣ ਤੋਂ ਬਾਅਦ ਹੁਣ ਮਹਿਕਮੇ ਵੀ ਤਬਦੀਲ ਕਰਤੇ ਮਹਿਕਮੇ ਵੀ ਤਕਸੀਮ ਕਰਤੇ ਤਬਦੀਲ ਨਹੀਂ ਤਕਸੀਮ ਕਰਤੇ ਸੁਖਜਿੰਦਰ ਸਿੰਘ ਰੰਧਾਵਾ ਬਣ ਗਿਆ ਕੋਆਪਰੇਟਿਵ ਮਹਿਕਮੇ ਦਾ ਮੰਤਰੀ ਜੀ ਹੁਕਮ ਉਹਨੇ ਦਿੱਤਾ ਕਿ ਜਿੰਨੇ ਵੱਡੇ ਲੋਕ ਹੈ ਇਹਨਾਂ ਵੱਡੇ ਲੋਕਾਂ ਕਹਿੰਦੇ ਜਿੰਨਾ ਬਕਾਇਆ ਜੀ ਕਹਿੰਦੇ ਬਕਾਇਆ ਉਗਰਾਹੋ ਤੇ ਬਕਾਇਆ ਉਗਰਾਉਣ ਵਾਸਤੇ ਨਾਲ ਇਹ ਵੀ ਕਹਿਤਾ ਕਿ ਵੱਡੇ ਲੋਕਾਂ ਦੇ ਗ੍ਰਿਫਤਾਰੀ ਵਾਰੰਟ ਵੀ ਜਾਰੀ ਕਰ ਦਿਓ ਜੀ ਅੱਜ ਦੀ ਇੱਕ ਰਿਪੋਰਟ ਲੱਗੀ ਹੈ ਅਖਬਾਰਾਂ ਦੇ ਵਿੱਚ ਜਿਹਦੇ ਵਿੱਚ ਕਹਿੰਦੇ ਹੈ ਕਿ ਜਿਹੜੇ ਵੱਡੇ ਵੱਡੇ ਕਿਸਾਨ ਹੈ ਉਹਨਾਂ ਵੱਲ 276 ਕਰੋੜ ਰੁਪਏ ਦਾ ਕਰਜ਼ਾ ਹੈ ਜਿਹਦੀ ਵਸੂਲੀ ਅਸੰਭਵ ਹੋਈ ਪਈ ਹੈ
ਇਹਨਾਂ 'ਚ 85 ਵਿਅਕਤੀ ਉਹ ਹੈ ਜਿਨ੍ਹਾਂ ਦਾ ਰਾਜਨੀਤਿਕ ਖੇਤਰ ਦੇ ਵਿੱਚ ਪੂਰਾ ਪ੍ਰਭਾਵ ਮੰਨਿਆ ਜਾਂਦਾ। ਅਤੇ ਜੇ ਆਪਾਂ ਬਾਹਲੀ ਦੂਰ ਨਾ ਜਾਈਏ, ਸਿਰਫ ਆਪਾਂ ਐਸੇ ਹਲਕੇ ਨਾਲ ਹੀ ਦੇਖ ਲਈਏ ਆਪਣੇ ਮਾਲਵੇ ਨਾਲ, ਜੇ ਮਲੋਟਤਾ ਦਾ ਜਥੇਦਾਰ ਦਿਆਲ ਸਿੰਘ ਕੋਲਿਆਂ ਲਈ ਆ ਹੀ ਗਿਆ ਜੀ, ਅਤੇ ਸਾਬਕਾ ਅਕਾਲੀ ਸੰਸਦ ਮੈਂਬਰ ਹੈ ਜੀ ਲੁਧਿਆਣੇ ਤੋਂ ਅਮਰੀਕ ਸਿੰਘ ਆਲੀਵਾਲ ਜੀ, ਇੱਕ ਹੋਰ ਲੀਡਰ ਹੈ ਜੀ ਸਰੂਪ ਸਿੰਘ ਢਿੱਲੋਂ, ਇੱਕ ਬੀਬੀ ਰਜਿੰਦਰ ਕੌਰ ਹੈ ਬਰਨਾਲੇ ਤੋਂ ਹਿੰਦ ਮੋਟਰ ਵਾਲੀ, ਹਾਂਜੀ ਉਹਦੇ ਵੀ ਚੰਗਾ, ਉਹਦਾ ਵੀ ਹੈ ਜੀ, ਇੱਕ ਕਾਂਗਰਸ ਦਾ ਲੀਡਰ ਹੈ ਜੀ ਰਮਨ ਭੱਲਾ, ਇੱਕ ਅਕਾਲੀ ਦਲ ਦੇ ਆਗੂ ਹੈ ਜੀ ਸਰਦਾਰ ਸੁਰਿੰਦਰ ਸਿੰਘ ਧੂਰੀ ਅਤੇ ਉਹਨਾਂ ਦੇ ਪੁੱਤਰ ਰਮਨਜੋਤ ਹੋਣੀ, ਭਾਜਪਾ ਦਾ ਨੇਤਾ ਵੀ ਇੱਕ ਸ਼ਾਮਿਲ ਹੈ ਜੀ, ਅਤੇ ਸਭ ਤੋਂ ਵੱਡੇ ਜਿਹੜੇ ਡਿਫਾਲਟਰ ਵਜੋਂ ਜਾਣੇ ਜਾਂਦੇ ਹੈ ਉਹਨਾਂ ਵਿੱਚੋਂ ਇੱਕ ਸ਼ਖਸ ਦਾ ਨਾਂ ਹੈ ਜੀ ਗੁਰਮੀਤ ਸਿੰਘ। ਇਹ ਗੁਰਮੀਤ ਸਿੰਘ ਕੌਣ ਹੈ ਜੀ? ਇਹ ਆਮ ਆਦਮੀ ਪਾਰਟੀ ਦਾ ਲੀਡਰ ਹੈ ਜੀ। ਇਹਦੇ ਕਿੰਨੀ ਕਿੰਨੀ ਰਕਮ ਬਕਾਇਆ ਪਈ ਹੈ? ਕਹਿੰਦੇ ਜੀ 78 ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਸਮੇਂ 'ਤੇ ਕਰਜ਼ਾ ਇਹਨੇ ਮੋੜਿਆ ਨਹੀਂ, ਅਤੇ ਹੁਣ ਉਹ ਕਰਜ਼ੇ ਦੀ ਜਿਹੜੀ ਹੈਗੀ ਹੈ ਰਕਮ ਵੱਧ ਕੇ 1,40,00,000 ਰੁਪਏ ਤੱਕ ਪਹੁੰਚ ਚੁੱਕੀ ਹੈ ਜੀ। 1,40,00,000 ਜਿਹੜੀ ਹੁਣ ਪਹੁੰਚ ਗਈ ਉਹ ਮੁੜੂ ਕਿਵੇਂ, ਉਹ ਹੁਣ ਮੁੜੂਗੀ ਕਿਵੇਂ? ਅਤੇ ਇਹਦੇ 'ਤੇ ਹੁਣ ਜਦੋਂ ਥੋੜ੍ਹਾ ਜਿਹਾ ਇਹਨੇ ਆ ਕੇ ਸਖਤੀ ਕੀਤੀ ਵੀ ਲਿਆਓ ਜੀ ਪੈਸੇ ਕਢਵਾਓ, ਪੈਸੇ ਕਢਵਾਉਣ ਵਾਸਤੇ 2 ਤਰੀਕੇ ਹੁੰਦੇ, ਜਾਂ ਤਾਂ ਬੈਂਕ ਦੀ ਬੈਂਕ ਵਾਲੇ ਉਹਦੀ ਜ਼ਮੀਨ ਨਿਲਾਮ ਕਰਨ, ਅਤੇ ਜਾਂ ਫਿਰ ਗ੍ਰਿਫਤਾਰ ਕਰਨਾ ਕੋਲ। ਇਹਦੇ ਪ੍ਰੋਵੀਜ਼ਨ ਤਾਂ ਹੈਗਾ ਮਾਰਕੇ ਲੈਂਡ ਮਾਰਕੇ ਬੈਂਕ ਦੀ ਤਾਂ ਪ੍ਰੋਵੀਜ਼ਨ ਜੀ ਹੁੰਦੀ ਸੀ, ਫੜ ਕੇ ਅੰਦਰ ਦੇ ਦਿੰਦੇ। ਉਹੀ ਉਹੀ ਹੈ ਨਾ, ਹੁਣ ਇਹਦੇ 'ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਹੁਕਮ ਕਰਤਾ ਕਿ ਜਿਹੜੇ ਵੱਡੇ ਡਿਫਾਲਟਰ ਹੈ ਖਾਸ ਕਰ ਪੋਲੀਟੀਕਲ ਬੰਦੇ, ਇਹਨਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰੋ ਅਤੇ ਇਹਨੂੰ ਫੜ ਕੇ ਅੰਦਰ ਦਿਓ। ਹੁਣ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਵਾਸਤੇ ਕਈ ਦਿਨ ਪਹਿਲਾਂ ਹੁਕਮ ਹੋ ਗਏ ਸੀ ਜੀ, ਲੇਕਿਨ ਮਲੋਟ ਦੀ ਬੈਂਕ ਦਾ ਜਿਹੜਾ ਪ੍ਰਬੰਧਕ ਹੈ ਜਿਹਨੂੰ ਅਸੀਂ ਮੈਨੇਜਰ ਕਹਿ ਦਿੰਦੇ ਹਾਂ, ਉਹ ਮੈਨੇਜਰ ਨੇ ਵਿਚਾਰੇ ਨੇ, ਕਿਉਂਕਿ ਉਹਨੂੰ ਜਦੋਂ ਗਨਮੈਨ ਦਿਖਦੇ ਹੈ ਜੀ, ਫਿਰ ਉਹਨੂੰ ਨਾਲ ਬਾਦਲ ਸਾਹਿਬ ਦਿਖਦੇ ਹੈ, ਫਿਰ ਉਹਨੂੰ ਇਹ ਲੱਗਦੀ ਹੈ ਯਾਰ ਵੀ ਸਰਕਾਰ 'ਚ ਤਾਂ ਇਹਨਾਂ ਦੀ ਚੱਲਦੀ ਹੈ, ਪੁੱਛਣਾ ਤਾਂ ਇਹਨਾਂ ਨੂੰ ਕਿਸੇ ਨੇ ਹੈ ਨਹੀਂ। ਜੇ ਆਪਾਂ ਪੰਗਾ ਲੈ ਲਿਆ ਕਿਤੇ ਮੈਨੂੰ ਨਾ ਪਠਾਨਕੋਟ ਦਿਖਾ ਦੇਣ, ਬਿਲਕੁਲ ਜੀ, ਅੱਗੇ ਧਾਰ ਬਲਾਕ ਦਿਖਾ ਦੇ, ਹਾਂ ਧਾਰ ਬਲਾਕ, ਉਹ ਜੱਕੋ ਤੱਕੀ ਜੀ ਦੇ ਵਿੱਚ ਉਹ ਤਾਂ ਵਿਚਾਰੇ ਤੋਂ ਮਤਲਬ ਜਿਹੜਾ ਹੈਗਾ ਕੰਮ ਨਾ ਹੋ ਸਕਿਆ। ਅਤੇ ਹੁਣ ਸੁਖਜਿੰਦਰ ਸਿੰਘ ਰੰਧਾਵਾ ਜਿਹੜਾ ਹੈ ਟਕਸਾਲੀ ਕਾਂਗਰਸੀ ਹੈ, ਸੰਤੋਖ ਸਿੰਘ ਉਹ ਰੰਧਾਵੇ ਦਾ ਪੁੱਤ ਹੈ, ਫੈਸਲੇ ਜਿਵੇਂ ਪਿਓ ਲੈਂਦਾ ਹੁੰਦਾ ਸੀ ਇਹ ਵੀ ਲੈਂਦਾ ਹੈ, ਅਤੇ ਇਹ ਗੱਲ ਵੀ ਮੰਨਣੀ ਪੈਣੀ ਹੈ ਦਾਨੇਵਾਲੀਆ ਸਾਹਿਬ ਵੀ, ਇਹ ਸੁਖਜਿੰਦਰ ਰੰਧਾਵਾ ਹੈ ਜਿਹੜਾ ਪੂਰੇ ਸਾਬਤ ਕਦਮੀ ਮਾਝੇ ਦੇ ਵਿੱਚ ਮਜੀਠੀਏ ਨਾਲ ਅਤੇ ਉਹਨਾਂ ਦੀ ਟੀਮ ਦੇ ਨਾਲ ਮੜਿਖਦਾ ਰਿਹਾ। ਤੁਸੀਂ ਟਾਈਮ ਯਾਦ ਕਰੋ ਜਦੋਂ ਗੁਰਦਾਸਪੁਰ ਦੀ ਚੋਣ ਹੋਈ ਹੈ, ਜਿਮਨੀ ਚੋਣ ਗਏ ਆਪਣੇ ਜਾਖੜ ਸਾਹਿਬ ਉੱਥੇ ਚੋਣ ਲੜਨ ਵਾਸਤੇ, ਉਹਨਾਂ ਦਿਨਾਂ 'ਚ ਸੁਖਬੀਰ ਬਾਦਲ ਦੀਆਂ ਅਤੇ ਬਿਕਰਮ ਸਿੰਘ ਮਜੀਠੀਆ ਦੀਆਂ ਤਕਰੀਰਾਂ ਸੁਣੋ, ਉਹ ਜਾਖੜ ਦੇ ਖਿਲਾਫ਼ ਨਹੀਂ ਬੋਲਦੇ ਸੀ, ਡੇਰਾ ਬਾਬਾ ਨਾਨਕ ਦੇ ਵਿੱਚ ਜਾ ਕੇ ਰੰਧਾਵਾ ਰੰਧਾਵਾ ਹੀ ਕਰਦੇ ਸੀ, ਅਤੇ ਇਹ ਰੰਧਾਵੇ ਨਹੀਂ ਸੀ ਜਿਹੜੇ ਨੇ 2-10-5 ਲਿਆ ਉਹਦੇ ਨਾਲ ਸੁੱਚਾ ਸਿੰਘ ਲਗਾਹ ਨਾਲ ਉਹਨੂੰ ਹਰਾਇਆ ਵੀ ਜੀ, ਅਤੇ ਫਿਰ ਪਰਚਾ ਵੀ ਦਰਜ ਕਰਵਾਇਆ, ਸ਼ਰੇਆਮ ਕਹਿੰਦੇ ਰਹੇ ਅਤੇ ਉਹ ਵੀ ਮੰਨਦਾ ਵੀ ਹਾਂ ਮੈਂ ਪਰਚਾ ਦਰਜ ਕਰਵਾਇਆ, ਕੇਸ ਦੀ ਪੈਰਵੀ ਵੀ ਉਹ ਕਰ ਰਿਹਾ। ਔਰ ਇਹ ਉਹਨਾਂ 40 MLA ਦੇ ਵਿੱਚ ਸੀ ਜੀ ਜਿਨ੍ਹਾਂ ਨੇ ਇਹ ਮੰਗ ਕੀਤੀ ਸੀ ਕਿ ਅਕਾਲੀਆਂ ਨੂੰ ਫੜ ਕੇ ਉਹਨਾਂ ਦੀ ਜਿਹੜੀ ਥਾਂ ਹੈ ਨਾ ਉੱਥੇ ਭੇਜੋ, ਇਹਨਾਂ ਦੇ ਖਿਲਾਫ਼ ਜਿਹੜੇ ਆਪਾਂ ਵਾਅਦੇ ਕੀਤੇ ਸੀ ਲੋਕਾਂ ਨੇ, ਇਹਨੂੰ ਜੇਲ੍ਹਾਂ 'ਚ ਸਿੱਟੋ ਜੀ। ਚਲੋ ਹੋਰ ਤਾਂ ਉਹਦੀ ਕਿਸੇ ਨੇ ਮੰਨੀ ਨਾ ਮੰਨੀ, ਲੇਕਿਨ ਉਹਨੇ ਆਪਦੇ ਮਹਿਕਮੇ ਦੇ ਵਿੱਚ ਕੰਮ ਸ਼ੁਰੂ ਕਰਤਾ। ਅਤੇ ਨਾਲ ਜਿਹੜੀ ਅਗਲੀ ਗੱਲ ਹੈਗੀ, ਤੁਸੀਂ ਕੱਲ੍ਹ ਵੀ ਗੱਲ ਕੀਤੀ ਸੀ ਜ਼ਮੀਨਾਂ ਦੀ ਨਿਲਾਮੀ ਵਾਲੀ ਗੱਲ, ਅੱਜ ਤਾਂ ਮੈਨੂੰ ਪਤਾ ਲੱਗਿਆ ਹੋਰ ਹੀ ਕੁਛ ਹੋਇਆ ਪਿਆ। ਮਾਰਕੀਟ ਰੇਟ ਜਿਹੜਾ ਹੈਗਾ, ਜੇ ਆਪਾਂ ਮਾਰਕੀਟ ਰੇਟ ਦੇਖਣਾ ਹੋਵੇ, ਜਦੋਂ ਤੁਸੀਂ ਜ਼ਮੀਨਾਂ ਦੇ ਸੌਦੇ ਕਰਦੇ ਹੋ ਉਦੋਂ 1-1 ਕਿੱਲੇ ਦਾ 20-25-25 ਲੱਖ ਰੁਪਏ ਤੱਕ ਜਾਂਦਾ ਹੈ ਜਿਹੜੇ ਸ਼ਹਿਰਾਂ ਦੇ ਨੇੜੇ, ਹਾਂਜੀ। ਲੇਕਿਨ ਜਿਹੜਾ ਕੁਲੈਕਟਰ ਰੇਟ ਤੈਅ ਕੀਤਾ ਹੁੰਦਾ ਉਹ ਬੜਾ ਘੱਟ ਹੁੰਦਾ, ਉਹ ਬੜਾ ਘੱਟ ਹੁੰਦਾ। ਇਹ ਕਹਿੰਦੇ ਜੀ ਜੇ ਜ਼ਮੀਨ ਨਿਲਾਮ ਕਰਨੀ ਤਾਂ ਕੁਲੈਕਟਰ ਰੇਟ 'ਤੇ ਕਰਨੀ, ਇਹਦਾ ਮਤਲਬ ਕੁਲੈਕਟਰ ਰੇਟ ਦੇ ਉੱਤੇ ਜ਼ਮੀਨ ਨਿਲਾਮ ਹੋਜੂ। ਉਹ ਕੋਈ ਮੇਰੇ ਵਰਗਾ ਪੱਤਰਕਾਰ ਲੈ ਜੂ ਜੀ, ਬਿਲਕੁਲ,
ਠੀਕ ਹੈ, ਜਿਹਨੂੰ ਪਤਾ ਹੁੰਦਾ ਵੀ ਚਲ ਵੀ ਸਸਤੇ ਭਾਅ ਦੇ ਉੱਤੇ ਮਿਲਦੀ ਹੈ, ਕੁਲੈਕਟਰ ਰੇਟ ਤੇ ਮਿਲਦੀ ਹੈ, 18-20 ਲੱਖ ਵਾਲੀ ਜਿਹੜੀ ਇਹ 7-8 ਲੱਖ ਚ ਮਿਲ ਜਾਣੀ ਹੈ, ਕਹਿੰਦੇ ਲਈ ਵੀ ਜਾਂਦਾ, ਲਈ ਵੀ ਜਾਂਦਾ। ਮੈਂ ਇਸੇ ਕਰਕੇ ਕਿਹਾ ਨਾ ਵੀ ਮੇਰੇ ਵਰਗਾ ਪੱਤਰ ਕੋਈ ਲੈ ਲੂ, ਬਹੁਤ ਕਹਿੰਦੇ ਜੀ ਖੱਬੀ ਖਾਨ ਪੱਤਰਕਾਰ ਹੈ ਉਹ, ਪਰ ਕਈ ਪਿੰਡਾਂ ਦੇ ਵਿੱਚ ਕਹਿੰਦੇ ਉਹਨੇ ਇਸ ਇਹੀ ਮੋਡਸ ਆਪਣੀ ਬਣਾਈ ਵੀ ਹੈ, ਉਹ ਲੈ ਲੈਣਗੇ। ਪਰ ਜ਼ਮੀਨ ਸਾਰੀ ਨਿਲਾਮ ਹੋਣ ਦੇ ਬਾਵਜੂਦ ਵੀ ਸਰਕਾਰ ਦਾ ਪੈਸਾ ਫਿਰ ਵਸੂਲ ਨਹੀਂ ਹੁੰਦਾ। ਖੈਰ ਗੱਲ ਹੈ ਵੀ ਰੰਧਾਵਾ ਸਾਹਿਬ ਨੂੰ ਵਧਾਈ ਦੇਣੀ ਬਣਦੀ ਹੈ, ਜਿਹੜਾ ਉਹਨਾਂ ਨੇ ਕਿਹਾ ਵੀ ਹੁਣ ਖਿੱਚੋ ਥੋੜ੍ਹਾ ਜਿਹਾ ਕਾਂਟਾ, ਖਾਸ ਕਰਕੇ ਲੰਬੀ ਦੇ ਵਿੱਚ ਤਾਂ ਲੋੜ ਸੀ ਜੀ। ਲੰਬੀ ਦੇ ਵਿੱਚ ਤਾਂ ਆ ਪਿਛਲੇ ਸਮੇਂ 'ਚ ਦੂਜੇ ਇੱਕ ਹੋਰ ਹੈਗੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਮਾਝੇ ਦੇ ਵਜ਼ੀਰ, ਮਹਿਕਮਾ ਪੇਂਡੂ ਵਿਕਾਸ ਉਹਨਾਂ ਦੇ ਕੋਲ ਹੈ, ਉਹਨਾਂ ਨੇ ਉਹ ਜਿਹੜੇ ਪੰਚਾਇਤਾਂ ਦੇ ਸੈਕਟਰੀ ਅਤੇ ਪੰਚਾਇਤ ਅਫਸਰ ਵਗੈਰਾ ਜਿਹੜੇ ਪੂਰੇ ਤਰੀਕੇ ਨਾਲ ਪਿਛਲੇ 10 ਸਾਲਾਂ 'ਚ ਜਿਨ੍ਹਾਂ ਨੇ ਪੂਰੀਆਂ ਚਮਦੀਆਂ ਚਲਾਈਆਂ ਜੀ, ਸਰਕਾਰੀ ਪੈਸੇ ਨੂੰ ਖੁਰਦ ਬੁਰਦ ਕਰਵਾਇਆ, ਉਹਨਾਂ ਦੇ ਵੱਡੇ ਪੱਧਰ 'ਤੇ ਬਦਲੀਆਂ ਕਰਤੀਆਂ ਸੀ। ਪਰ ਉਹ ਕਹਿੰਦੇ ਇੱਕ ਹੋਰ ਇੱਧਰੋਂ ਸਾਡੇ MLA ਸਾਹਿਬ ਸੀਟਾਂ ਬਠਿੰਡੇ ਜ਼ਿਲ੍ਹੇ ਵਾਲੇ ਅੱਜ ਕੱਲ੍ਹ ਉੱਧਰ ਪਹੁੰਚ ਕੇ ਡਿਪਟੀ ਸਪੀਕਰ ਬਣੇ ਹੈ, ਹਾਂਜੀ, ਉਹਨਾਂ ਦੀ ਕਹਿੰਦੇ ਮੇਹਰ ਦੀ ਨਿਗਾਹ ਹੋ ਗਈ ਉਹਨਾਂ 'ਤੇ। ਉਹ ਅਕਾਲੀਆਂ ਵੇਲੇ ਜਿਹੜੇ ਦਵੱਲੇ ਸੀ ਉਹਨਾਂ 'ਚੋਂ ਕੁਛ ਦੀਆਂ ਬਦਲੀਆਂ ਬਦਲੀਆਂ ਕੈਂਸਲ ਵੀ ਕਰਵਾਤੀਆਂ ਰੰਧਾਵਾ ਆਪਣੇ ਬਾਜਵਾ ਸਾਹਿਬ ਨੂੰ ਕਹਿ ਕੇ। ਸੋ ਥੋੜ੍ਹੀ ਜਿਹੀ ਸਰਕਾਰ ਬਦਲੀ ਦਾ ਲੋਕਾਂ ਨੂੰ ਰੰਗ ਦਾ ਪਤਾ ਲੱਗੇ ਵੀ ਹਾਂ ਰੰਗ ਹੈਗਾ, ਬਦਲਿਆ ਹੋਣਾ ਚਾਹੀਦਾ ਵੀ। ਮੇਰਾ ਖਿਆਲ ਹੈ ਵੀ ਹੁਣ ਥੋੜ੍ਹਾ ਜਿਹਾ ਨਾ ਪਤਾ ਲੱਗਦਾ ਵੀ ਰੰਗ ਬਦਲਣਾ ਸ਼ੁਰੂ ਹੋ ਗਿਆ, ਰੰਗ ਬਦਲੇ, ਰੰਗ ਬਦਲੂਗਾ। ਜਿਹੜਾ ਅੱਜ ਪਹਿਲੀ ਸ਼ਾਹਕੋਟ ਵਾਲੀ ਚੋਣ ਦੇ ਵਿੱਚ ਜਿਹੜਾ ਥਾਣੇਦਾਰ ਸਾਹਿਬ ਨੇ ਰੰਗ ਦਿਖਾਇਆ ਹੈ ਅਤੇ ਇੱਧਰਲੇ ਪਾਸੇ ਇਹ ਰੰਗ ਦਿਖਾਉਂਦਾ, ਮੈਨੂੰ ਲੱਗਦੀ ਹੁਣ ਸਰਕਾਰ ਨੂੰ ਥੋੜ੍ਹਾ ਜਿਹਾ ਸੋਚਣਾ ਪਊ ਵੀ ਸਰਕਾਰ ਵਾਂਗੂ ਚੱਲੇ। ਬਿਲਕੁਲ ਬਿਲਕੁਲ।